वाहेगुरु जी का खालसा वाहेगुरु जी की फतेह। चैनल नू वध तो वध सबसक्राइब करो अते अपने दोस्तां मित्रां दे नाल जरूर सांझा करना। सहारन इस बंश दा मोढ़ी पट्टी राव सी। पट्टी राव दे दो पुत्तर मसूर राव ते मंगल राव सी। मसूर राव दे भी अगों दो ही पुत्तर अभय राव ते सारन राव सी। सारण राव दी अपने भरा नाल अणबण हो गई। ओ ते उसदे पुत्तर किसे होर थां जाके खेती करन लग पए। इस तरह जट भाईचारे विच रल मिल गए। सारण राव दी वंश दे जट्टां नूं सहारण भी कहा जाता है। किसे समय सहारण गुदारा पुनिया माहल सियाग ते बहनीवाल जट्टां दा भटनेर ते इलाके विच बोलबाला सी। भट्टी लोग सारे भटनेर विच फैले हुए सन। घग्गर नूं पार करके घग्गर ते सतलुज दे विचकारले इलाके विच वी पहुँच रहे सन। पंजाब दे पुराने वसनीकां नाल भट्टियां दीआं कई वार लड़ाइयां भी हो जांदियां सन। सहारण जट पंजाब विच पहलां घग्गर नदी पार करके बठिंडे दे खेतर पक्का पथराला ਵਿੱਚ ਹੀ ਆਬਾਦ ਹੋਏ। ਇਹ ਸਰਾਵਾਂ ਨੂੰ ਵੀ ਆਪਣਾ ਭਾਈਚਾਰਾ ਸਮਝਦੇ ਹਨ। ਪੰਜਾਬ ਵਿੱਚ ਸਹਾਰਨ ਦੀ ਗਿਣਤੀ ਸਰਾਵਾਂ ਤੋਂ ਕਾਫ਼ੀ ਘੱਟ ਹੈ। ਬਠਿੰਡੇ ਜ਼ਿਲ੍ਹੇ ਵਿੱਚ ਸਹਾਰਨ ਦੇ 10 ਪਿੰਡ ਹਨ। ਪੰਜਾਬ ਵਿੱਚ ਬਹੁਤੇ ਸਹਾਰਨਾਂ ਦਾ ਪਿਛੋਕੜ ਪੱਕ ਪਥਰਾਲਾ ਹੀ ਹੈ। ਇਹ ਬਹੁਤੇ ਮਾਲਵੇ ਵਿੱਚ ਹੀ ਹਨ। ਪੰਜਾਬ ਦੇ ਸਹਾਰਨ ਜੱਟ ਸਾਰੇ ਹੀ ਜੱਟ ਸਿੱਖ ਹਨ। ਉੱਤਰ ਪ੍ਰਦੇਸ਼ ਹਰਿਆਣੇ ਅਤੇ ਰਾਜਸਥਾਨ ਵਿੱਚ ਵੀ ਸਹਾਰਨ ਗੋਤ ਦੇ ਜੱਟ ਕਾਫ਼ੀ ਹਨ। ਇਹ ਬਹੁਤੇ ਹਿੰਦੂ ਜਾਟ ਹੀ ਹਨ। ਕਿਸੇ ਸਮੇਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਖੇਤਰ ਵਿੱਚ ਵੀ ਇਹਨਾਂ ਦਾ ਕਬਜ਼ਾ ਸੀ। ਹਰਿਆਣੇ ਅਤੇ ਰਾਜਸਥਾਨ ਦੇ ਸਹਾਰਨ ਹਿੰਦੂ ਜਾਟ ਪੰਜਾਬ ਦੇ ਸਹਾਰਨ ਜੱਟ ਸਿੱਖਾਂ ਨੂੰ ਆਪਣੀ ਬਰਾਦਰੀ ਵਿੱਚੋਂ ਸਮਝਦੇ ਹਨ। ਆਪਣੇ ਅਤੇ ਉਹਨਾਂ ਦੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਵਾਂਗ ਸਮਝਦੇ ਹਨ। ਹੋਰ ਜੱਟ ਵਾਂਗ ਸਹਾਰਨ ਵੀ ਅੱਖੜ ਹੁੰਦੇ ਹਨ ਪਰ ਕਿਸਾਨ ਬਹੁਤ ਵਧੀਆ ਹਨ। ਕਿਸੇ ਸਮੇਂ ਭਟਨੇਰ ਖੇਤਰ ਵਿੱਚ ਸਹਾਰਨਾਂ ਦਾ 300 ਪਿੰਡਾਂ 'ਤੇ ਕਬਜ਼ਾ ਸੀ। ਹੁਣ ਵੀ ਸਰਦਾਰ ਸ਼ਹਿਰ ਖੇਤਰ ਵਿੱਚ ਸਹਾਰਨਾਂ ਦੇ 90 ਪਿੰਡ ਹਨ। ਹਿਸਾਰ ਜ਼ਿਲ੍ਹੇ ਵਿੱਚ 25 ਪਿੰਡ ਸਹਾਰਨਾਂ ਦੇ ਹੀ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਖੇਤਰ ਵਿੱਚ ਸਾਰਨਾ ਦੇ ਕੁਝ ਪਿੰਡ ਹਨ। ਇਹ ਹਿੰਦੂ ਜੱਟ ਹਨ। ਕੁਝ ਸਾਰਨ ਜੱਟ ਜੈਨੀ ਵੀ ਹਨ। ਬਹੁਤੇ ਸਹਾਰਨ ਜੱਟ ਖਾੜਕੂ ਹੀ ਹਨ। ਸਾਰਨ ਉੱਗਾ ਅਤੇ ਵੱਡਾ ਗੋਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ।